हाथ दे विच कीटनाशक बोतल फड़ी बैठा है बुजुर्ग जो अपनी स्क्रीन ते तुसी देख रहे हो। यह वो बुजुर्ग है जो कि पैसों के लैन देन लैके जिथे कि औकड़ा चल रहा है तो बेहद परेशान है। किस तरह इसने अपना दुखड़ा बयान किया पूरी डिटेल दे विच आओ तुहानू सुनाउने आ। काले इलम ते रूहानी इलमां दे माहिर बाबा आलम शाह जी 5 मिंटां दे विच काले इलम दा समाधान गारंटेड करवाओ। असी कहंदे नहीं करके दिखाउने आ। नंबर नोट करो 9150-17717। समस्या जिवें लव मैरिज, मन चाया प्यार, वशीकरण करना या तुड़वाना, कारोबार दा ना चलना, ग्रह कलेश, विआह दे लई मां बाप दी मंजूरी, पति पत्नी दे विच अनबन, विदेश दे विच पक्का होना, कोर्ट कचहरी, सौतन दुश्मन तो छुटकारा, सवाल पूछण दी कोई फीस नहीं, किसे दुखी भैन भरा दा पति प्रेमी बेटा किसे दे वश विच है तां तुरंत संपर्क करो। घर बैठे फोन ते हर समस्या दा हल करवाओ। पता लुधियाना। नंबर नोट करो 9150-17717। मेरा नाम बलजिंदर सिंह। बलजिंदर सिंह जी, अज तुसी टैंकी ते चढ़े हो, की है सारा मामला? मामला जी, एक मिनट, मेरे नाल ठगी हो गई, पिंड दे बंदे ने कीती। कौन है जी? ओ जगतार सिंह साहिब सिंह, ते जिहड़ा जिम्मेवार ओ हैगा चकरैन सिंह। किस तरह दी ठगी होई हैगी जी? एक मिनट, नाल दा मेरी पहले रजिस्ट्री करा गया। हाँ जी, हाँ जी, बोलो। अठ कनाल दी गल सीगी, अठ कनाल दी गल सीगी। जिम्मेवार बंदा दा की नाम है? ओहदा नाम हैगा चकरैन सिंह, ओह जिम्मेवार है। ਅਤੇ ਨਾਲੇ ਰਜੈਟੀ ਕਰਾ ਕੇ ਮੇਰੇ ਨਾਲ ਉਹਨਾਂ ਨੇ ਸਾਡਾ ਰੌਲਾ ਪੈ ਕਰਾਰਨਾਮਾ ਕਰਾਇਆ ਸੀ ਮੇਰਾ। ਉਹ ਰੌਲਾ ਪੈ ਗਿਆ ਸੀਗਾ, ਰੌਲਾ ਪੈ ਗਿਆ ਮੇਰਾ, ਮੇਰੇ 'ਤੇ ਉਹਨਾਂ ਨੇ ਪਰਚਾ ਕਰਤਾ ਸੀ। ਮੈਂ ਬਾਹਰੇ ਬਾਹਰ ਜਵਾਨ 'ਚ ਕਰਾਂ ਜੀ, ਮੁੜ ਕੇ ਮੈਨੂੰ ਉਹਨੇ ਬਰੀ ਕਰਤਾ, ਲੇਡੀ ਜੱਜ ਸੀ। ਮੈਂ ਆਖਿਆ ਨਿਬੜ ਗਿਆ ਕੰਮ, ਉਹਨਾਂ ਨੇ ਕਿਤੇ ਉਹ ਜਿਹੜਾ ਕੇਸ ਸੀ ਚੱਲਦਾ ਰੱਖਿਆ, ਹੋਰ ਜੱਜ ਦੇ ਲਾ ਕੇ ਵਕੀਲ ਕਰਕੇ, ਉਹਨਾਂ ਨੇ ਮੈਨੂੰ ਸੰਮਨ ਨਹੀਂ ਆਉਣ ਦਿੱਤੇ। ਉਹਨਾਂ ਨੇ ਮੇਰੀ ਪਹਿਲੀ ਰਜੈਟਰੀ ਕਰਾ ਲਈ, ਰਜੈਟਰੀ ਕਰਾ ਕੇ ਅਤੇ ਉਹ ਜੱਜ ਨੇ ਖਜ਼ਾਨੇ 'ਚ ਪੈਸੇ ਰਖਾ ਕੇ ਸੀਗੀ 30 ਲੱਖ ਨੂੰ ਪੈਲੀ ਉਦੋਂ, ਅਤੇ ਮੈਂ ਉਹਨਾਂ ਨੂੰ ਕਿਹਾ ਮੇਰੇ ਤੋਂ ਕਬਜ਼ਾ ਨਹੀਂ ਲੈ ਕੇ ਦਿੱਤਾ, ਤੁਸੀਂ ਆਪੇ ਲੈ ਲਿਓ। ਅਤੇ ਉਹ ਸਾਰੀ 12 ਕੁ ਲੱਖ ਦੀ ਗੱਲ ਸੀ, 12.5 ਲੱਖ ਦੀ, ਅਤੇ ਮੈਨੂੰ 2 ਲੱਖ ਦਿਆ, 2 ਲੱਖ 4 ਪਹਿਲਾਂ ਕੱਟ ਗਏ, 8,62,000 ਰੁਪਇਆ ਮੇਰੇ ਕੋਲ ਸਟੇਟ ਬੈਂਕ ਹੈ, ਉਹ ਕਢਾ ਲਿਆ ਅਤੇ 15 ਮਰਲੇ ਵੱਧ ਜ਼ਮੀਨ ਦੇ ਕਢਾ ਲਿਆ। ਕਢਾ ਲਿਆ ਇਹ ਜਗਤਾਰ ਸਿੰਘ ਨੇ ਅਤੇ ਸਾਹਿਬ ਸਿੰਘ ਨੇ। खाते जा गए सी, ओह मतलब मुड़ के ना ओह घरे जिहड़ा मुंडा सीगा सुखैन सिंह, ओहदे नाल ओहदी बहुत सूह सी, मेरे मुंडे नाल पढ़दा रहा, ओहनू नाल लैके धोखा दे के मैनू आने, यार तेरे पैसे आ गए आ खजाने 'च, असीं कढ़ा के तैनू दे दिंदे। ਉਹਨਾਂ ਨੇ ਘਰੇ ਜਾ ਕੇ ਬੈਂਕ ਮੈਨੇਜਰ, ਇੱਥੇ ਰਣਜੀਤ ਸਿੰਘ ਬੈਂਕ ਹੈ ਸਾਡੀ ਪਿੰਡ ਦੇ ਬੈਂਕ ਹੈ, ਉਹ ਨਾਲ ਜਾ ਕੇ ਮੇਰਾ ਖਾਤਾ ਖੋਲ੍ਹਤਾ। ਸੈਨ ਮੈਂ ਮੈਨੂੰ ਸੈਨ ਮੈਂ ਅੰਗੂਠਾ ਲਾਉਣਾ, ਉਹ ਅੰਗੂਠੇ ਵਾਲੇ ਨੂੰ ਚੈੱਕ ਬੁੱਕ ਨਹੀਂ ਮਿਲਦਾ, ਉਹਨਾਂ ਨੇ ਮੈਨੂੰ ਸੈਨ ਕਰਕੇ ਦੱਸਤਾ, ਮੈਂ ਸੈਨ ਕਰਤੇ, ਨਾਲੇ ਦੋਵੇਂ ਚੈੱਕਾਂ ਸੈਨ ਕਰਾ ਲਏ। ਉਹ ਜੋ 1 ਮਿੰਟ ਕਾਪੀ ਏਟੀਐਮ ਅਤੇ ਚੈੱਕ ਬੁੱਕ ਉਹਨਾਂ ਕੋਲ ਆ, ਅਤੇ ਦੋਵੇਂ ਚੈੱਕਾਂ ਸੈਨ ਕਰਾ ਲਏ। ਮੈਂ ਮੁੰਡੇ ਨੂੰ ਸੱਦਿਆ 2 ਦਿਨ, ਜਿਹੜਾ ਮੇਰੇ ਮੁੰਡੇ ਦਾ ਦੋਸਤ ਸੀਗਾ, ਮੈਂ ਕਿਹਾ ਉਹ ਮੇਰੇ ਤੋਂ ਚਿੱਕਾਂ ਦੇ ਸੈਨ ਕਰਾ ਕੇ, ਚਿੱਕਾਂ ਸੈਨਾਂ ਦੇ ਬਹੁਤ ਮਾੜੇ ਹੁੰਦੇ, ਮੈਂ ਇੱਕ ਦੋ ਬੰਦੇ ਨੂੰ ਪੁੱਛਿਆ, ਉਹ ਉਹਨਾਂ ਬੰਦੇ ਦਾ ਪੰਜਾ ਲਵਾ ਕੇ ਲੈ ਗਈ, ਪੈਸੇ ਮੇਰੇ ਤੋਂ ਲੈ ਲਈ, ਨਾ ਤਾਂ ਹੁਣ ਉਹ ਦਿੰਦਾ ਨਾ ਇਹ ਦਿੰਦਾ। 8,62,000 ਰੁਪਈਆ ਮੇਰੇ ਕੋਲ ਸਟੇਟ ਬੈਂਕ ਹੈ, 15 ਮਰਲੇ ਵੱਧ ਕਰਾ ਕੇ ਉਹ ਵੀ ਲੈਣੀ, ਅਤੇ ਅੱਜ 6 ਸਾਲ ਹੋ ਗਏ ਧੱਕੇ ਖਾਂਦੇ ਨੂੰ, ਨਾ ਮੇਰੀ ਕਾਂਗਰਸ ਸਰਕਾਰ ਨੇ ਸੁਣੀ ਹੈ, ਨਾ ਮੇਰੀ ਅਕਾਲੀਆਂ ਨੇ ਸੁਣੀ ਹੈ, ਆਮ ਪਾਰਟੀ ਮਗਰ 5 ਮਹੀਨੇ ਹੋ ਗਏ ਪਰ ਧੱਕੇ ਖਾਂਦੇ ਨੂੰ ਤੁਰੇ ਫਿਰਦੇ, ਨਾਲ ਮੇਰੇ ਘਰ ਹੋ ਜੂ ਕੰਮ ਹੁੰਦਾ ਕੱਖ ਨਹੀਂ। ਅੱਜ ਤੁਸੀਂ ਕੀ ਲੈ ਕੇ ਬੈਠੇ ਆ ਟੈਂਕੀ? ਅੱਜ ਮੇਰੇ ਕੋਲ ਦੁਆ ਹੈ ਜੀ। ਕਿਹੜੀ ਦੁਆ? ਦੁਆ ਦੁਈ ਨਾ ਕਿ ਮੋਟਰਸਾਈਕਲ, ਅਤੇ ਮੋਟਰਸਾਈਕਲ ਮੈਂ ਲੈ ਕੇ ਬੈਠਾ, ਅੱਜ ਜਾਂ ਤਾਂ ਮੈਂ ਫਾਹਾ ਲਊਂਗਾ ਜਾਂ ਦੁਆ ਪੀ ਕੇ ਮਰੂੰਗਾ, ਅੱਜ ਮੈਂ ਇਹ ਕਾਰਨ ਕਰਦਾ। ਤੁਸੀਂ ਪੁਲਿਸ ਨੂੰ ਵੀ ਇਹਦੇ ਬਾਰੇ ਪਹਿਲਾਂ ਸੂਚਿਤ? ਹਾਂ ਹਾਂ ਜੀ, ਹਾਂ ਜੀ, 1 ਮਿੰਟ ਪਹਿਲਾਂ ਦੋ ਡਿਪਟੀਆਂ ਕੋਲ ਪਹਿਲਾਂ, ਇਹ ਅੱਜ 6 ਸਾਲ ਹੋ ਗਏ, 7 ਸਾਲ 'ਚ ਪੰਚਾਇਤ ਦੇ ਮੇਰੇ ਕੋਲ ਸਾਰਾ ਕੁਛ ਮੇਰੇ ਕੋਲ ਹੈ, ਪੰਚਾਇਤ ਮੇਰੇ ਨਾਲ ਸਹਿਮਤ ਹੈ, ਮੇਰੀ ਮਿਹਰਬਾਨੀ ਕਰ ਸੁਣ ਲਿਓ, ਪੰਚਾਇਤ ਦੇ ਬਿਆਨ ਆ ਵੇਖਣੇ ਆ, ਹਾਂ ਵੇਖਦੇ ਅਤੇ ਉਹ 1 ਪੰਚਾਇਤ ਮੇਰੇ ਨਾਲ ਸਹਿਮਤ ਹੈ, ਪੰਚਾਇਤ ਮੇਰੇ ਨਾਲ ਫਿਰਦੀ ਰਹੀ, ਪਹਿਲਾਂ ਲੋਹਗੜ੍ਹ ਸੀਗਾ ਵੀ ਪਰਚਾ ਕਰਾਉਣੇ, ਉਹਨਾਂ ਤੋਂ ਇਹਨਾਂ ਅਕਾਲੀਆਂ ਨੇ, ਉਹ ਪੈਸੇ ਵਾਲਾ ਬੰਦਾ ਜਿਹਨੂੰ ਪਰਚਾ ਹੁੰਦਾ ਪੈਸੇ ਡੱਕ ਨਿਕਲ ਜਾਂਦਾ, ਪੁਲਿਸ ਪੈਸੇ ਦੀ ਕੀ ਮੰਗ ਕੀ ਕਰੋਗੇ? ਮੰਗ ਕੀ ਕਰੋਗੇ? ਜਾਂ ਤਾਂ ਮੇਰੇ ਰੁਪਈਏ ਮਿਲ ਜਾਣ ਹੁਣੇ, ਨਹੀਂ ਪਰਚਾ ਦੇ ਕੇ 3-4 ਬੰਦੇ ਅੰਦਰ ਧੱਕੇ ਜਾਣ। ਹੁਣ ਪੁਲਿਸ ਵੀ ਪਹੁੰਚੀ ਹੈ ਮੌਕੇ 'ਤੇ, ਪ੍ਰਸ਼ਾਸਨ ਪਹੁੰਚੇ, ਮਨਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਤੁਹਾਨੂੰ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹੈ। ਹਾਂਜੀ, ਉਤਰੋਗੇ? ਲੱਗਦਾ ਇਨਸਾਨ ਜੀ, ਜੇ ਤਾਂ ਮੈਨੂੰ 1 ਮਿੰਟ ਸਾਫ ਮਿਲਦਾ, ਮੈਨੂੰ ਜਾਂ ਤਾਂ ਪੈਸੇ ਦਵਾਓ, ਦਿਖਾਓ ਮੇਰੇ ਇੱਥੇ, ਜੇ ਨਹੀਂ ਉਹਨੇ ਪਰਚਾ ਜਾ ਕੇ ਹੁਣੇ ਬੰਦੇ ਚੱਕ ਕੇ ਜਾਣ ਮੇਰੇ ਸਾਹਮਣੇ, ਨਹੀਂ ਮੈਂ ਕੋਈ ਮੇਰੀ ਮੈਂ ਨਹੀਂ, ਫਿਰ ਮੈਨੂੰ ਮਰਿਆ ਚੰਗਾ ਮੈਂ।
इस बाबत पुलिस का की कहना है वह भी सुन लो। समझाने की कोशिश की जा रही पिंड सरे नाल है कि भाई जितने अगर इन्ना चेर ना गया एक दो दिन तेरा रिजल्ट आ जाना तेन दस देंगे दरखास्त जो परचे की रिपोर्ट आई तो परचा हो जाना उन्होंने जो भी हुई दस देंगे। किन्ने पैसे कटाए जा विशा जरूर ने। मोगा तो हरपाल सहारन दे नाल स्काई न्यूज़ पंजाब। खबर की ताज़ा अपडेट जानने के लिए सारे यूट्यूब चैनल को सब्सक्राइब करो और फेसबुक पेज को लाइक और शेयर करो।